ਤਾਂ ਹੀ ਮੈਂ ਕਹਿੰਦਾ ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ ਤੇ ਸਾਡੇ GST ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ, ਠੀਕ ਹੈ, ਸਾਡੇ ਕਰਜ਼ੇ ਮਾਫ ਕਰਨ, ਸਾਨੂੰ ਕੋਈ ਪੈਕੇਜ ਦੇਣ, ਸਮਝੇ ਨਹੀਂ, ਸਾਡੇ ਡੈਮਾਂ ਦੇ ਲਾਅ ਵਾਪਸ ਲੈਣ, ਸਾਡੇ ਕਿਸਾਨ ਬਰੂਹਾਂ ਦੇ ਉੱਤੇ ਨਾ ਰੱਖਣ, ਸਾਡੇ ਬਾਰਡਰ ਖੋਲਣ। ਇਹ ਮੁੱਦੇ ਨੇ ਮਿੱਤਰਾ, ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ, ਕਿਉਂਕਿ ਜੇ ਉਹ ਨਾ ਕੀਤਾ ਪਾਰਟੀ ਦੀ ਗੱਲ ਛੱਡੋ, ਵਿਚਾਰਧਾਰਾ ਕਿੱਥੋਂ ਰਹਿਣੀ ਹੈ? ਮੈਂ ਕਹਿੰਦਾ ਗਲਤ ਨਹੀਂ, ਮੈਂ ਕਹਿੰਦਾ ਪਿਆ ਹਾਈ ਕਮਾਂਡ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਿਹਾ। ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ, ਮਿੱਤਰ ਪਹਿਲੇ ਸੁਣ, ਜੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਨੂੰ ਕੀ ਕਰਨਾ? ਕਾਂਗਰਸ ਦੀ ਵਿਚਾਰਧਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸੇਧ ਦਿੱਤੀ ਉਹਨੂੰ ਮੰਨ ਕੇ ਤਿਆਗ ਸਦਭਾਵਨਾ ਆਪਸੀ ਭਾਈਚਾਰਾ ਇਹਦਾ ਮੁੱਢ ਬੰਨ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ, ਤਿਆਗ ਦੀ ਪ੍ਰੇਰਣਾ, ਜਿਨ੍ਹਾਂ ਨੇ ਨੌਕਰੀਆਂ ਨਹੀਂ, ਜਿਨ੍ਹਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ, ਹਜ਼ਾਰਾਂ ਕਰੋੜ ਰੁਪਏ ਦੇ ਦਾਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ, ਹੈਂ ਜਾਨਾਂ, ਉਦੋਂ ਵੱਡੀ ਕਿਹੜੀ ਭਾਵਨਾ ਸੀ? ਕੀ ਉਹ ਸੋਚ ਸਕਦੇ ਸੀ? ਪੀਲੀ ਪੱਗ ਬੰਨ ਕੇ ਕੁਛ ਨਹੀਂ ਹੋਣਾ ਮਿੱਤਰਾ, ਪੀਲੀ ਪੱਗ ਬੰਨ ਕੇ ਰੰਗਰਲੀਆਂ ਮਨਾਉਣੀਆਂ, 6-6 ਲੱਖ ਦੇ ਜਹਾਜ਼ਾਂ 'ਚ ਘੁੰਮਣਾ, ਕੁਛ ਨਹੀਂ ਹੋਣਾ। ਜੇ ਪੀਲੀ ਪੱਗ ਬੰਨੀ ਹੈ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ, ਸਮਝੇ ਨਹੀਂ? ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ 1 ਸਾਲ 'ਚ ਬਣੂ, 1 ਲੱਖ ਕਰੋੜ ਰੁਪਈਏ ਦੇ ਸਾਡੇ ਐਸੈਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ? ਕੀ ਅੱਜ ਪੰਜਾਬ, ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ? ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ, ਕਿਰਦਾਰਾਂ ਨੂੰ ਦੇਖੋ, ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ। ਚਾਹੇ ਮਾਸਟਰ ਤਾਰਾ ਸਿੰਘ ਕੋਈ ਪਾਰਟੀ ਹੋਵੇ, ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਹੋਵੇ, ਚਾਹੇ ਰਾਹੁਲ ਗਾਂਧੀ ਜੀ ਹੋਣ, ਚਾਹੇ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ, ਲਾਲ ਬਹਾਦੁਰ ਸ਼ਾਸਤਰੀ ਹੋਣ, ਉਹ ਸੁਤੰਤਰਤਾ ਸੈਨਾਨੀ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕੌਂਸਟੀਟਿਊਸ਼ਨ ਆਫ ਇੰਡੀਆ ਬਣਿਆ, ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕੌਂਸਟੀਟਿਊਂਟ ਅਸੈਂਬਲੀ ਬਣਾਈ, ਹਰ ਦੇਸ਼, ਹਰ ਵਰਗ, ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ, ਉਦੋਂ ਗੋਰਿਆਂ ਤੋਂ ਆਜ਼ਾਦ ਹੋਇਆ। ਅੱਜ ਫਿਰ ਇਹ ਰੰਗਲਾ ਪੰਜਾਬ ਉੱਧਰ ਨੂੰ ਜਾਈ ਜਾਂਦਾ। ਕੀ ਆ ਸਾਡੀ ਭੁੱਖ, ਸਾਡੇ ਲਾਲਚ, ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ? ਹੈਂ, ਕੁਛ ਨਹੀਂ ਚਾਹੀਦਾ ਮੈਨੂੰ, ਨਾ ਮੰਗਿਆ ਸੀ ਅੱਜ ਤੱਕ, ਸਮਝੇ ਨਹੀਂ? ਬਸ ਇੱਕ ਪੰਜਾਬ ਦੀ ਸਦਗਤੀ, ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸਿਰਜਣਗੇ, ਪੈਰਾਂ 'ਚ ਸੀਸ ਨਵਾਉਂ, ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉਂ। ਵਿਚਾਰਾਂ ਦੀ, ਕਿਸੇ ਵਿਚਾਰ ਦੀ ਮਤਭੇਦ ਨੂੰ, ਸ਼ਖਸੀਅਤਾਂ ਦਾ ਮਤਭੇਦ, ਇਹਦਾ ਰੋਲ ਮਤ ਦਿਓ। ਬੜੇ ਲੋਕ ਨੇ ਜਿਹੜੇ ਪਾੜ ਪਾਉਣ ਦੇ ਲਈ ਵਿਚਾਰਾਂ ਦੇ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਦੱਸੀ ਜਾਂਦੇ ਆ, ਗਲਤ। ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਸੁਪਨਾ ਹੈ, ਨਵਾਂ ਸਿਸਟਮ, ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ। ਬੀਜ ਬੋ ਦਿਓ, ਇਹਨਾਂ ਨੌਜਵਾਨਾਂ ਲਈ ਕਹਿ ਰਿਹਾ, ਬੀਜ ਬੋ ਦਿਓ, ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ, ਉਹ ਦਿਸ਼ਾ ਦੇ ਦਿਓ, ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇਣਗੇ, ਸਿੱਧੂ ਸਾਹਿਬ ਪੰਜਾਬ ਨੂੰ ਸਵਾਰ ਦੇਣਗੇ। ਗਲਤ ਨਹੀਂ ਕਹਿੰਦਾ ਪਿਆ, ਮੈਂ ਕਹਿੰਦਾ ਗਲਤ ਨਹੀਂ, ਮੈਂ ਕਹਿੰਦਾ ਪਿਆ ਉਹ ਹਾਈ ਕਮਾਂਡ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਿਹਾ। ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ, ਮਿੱਤਰ ਪਹਿਲੇ ਸੁਣ, ਜੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਨੂੰ ਕੀ ਕਰਨਾ ਦੱਸ?
ਦੱਸ ਹੈਰ ਜਾ ਹੁਣ ਮੈਨੂੰ ਹੁਣ ਜਵਾਬ ਹੁਣ ਜਵਾਬ ਦੇ ਨਾ ਦੇਣ ਦੇ ਜਾਂ ਤਾਂ ਉੱਚੀ ਉੱਚੀ ਬੋਲੀ ਜਾ ਮਿੱਤਰ ਪਿਆਰੇ ਆ ਸੁਣ ਲੈ ਗੱਲ ਸੁਣ ਭਾਈ ਅੱਜ ਇਲੈਕਸ਼ਨ ਕਮਿਸ਼ਨ ਤੇ ਸ਼ੱਕ ਕੋਈ ਸੁਣਦਾ ਹੈ ਅੱਜ ਲੋਕ ਸਭਾ ਦੇ ਵਿੱਚ 170 MP ਸਸਪੈਂਡ ਕਦੇ ਸੁਣਿਆ ਸੀ ਠੀਕ ਹੈ ਅੱਜ 323 ਬੰਦੇ ਅੰਦਰ ਖਹਿਰਾ ਅੰਦਰ ਠੀਕ ਹੈ ਕਦੇ ਕਾਨੂੰਨ ਵਿਵਸਥਾ ਇਹ ਜੀ ਦੇਖੀ ਸੀ ਲਾਅ ਐਂਡ ਆਰਡਰ ਦੇਖ ਕਦੇ ਦੇਖਿਆ ਸੀ ਇਹ ਕੀ ਹੈ ਇਹ ਕੀ ਹੈ ਇਹ ਡੈਮੋਕ੍ਰੇਸੀ ਹੈ ਜਿਹੜਾ ਤੁਹਾਡੇ ਹੱਕ 'ਚ ਬੋਲੇ ਉਹ ਤੇ ਮਾਂ ਕੇ ਕਮਾਲ ਹੈ ਤੁਮ ਕਰੋ ਤੋ ਨਿਆਰੀ ਲੀਲਾ ਹਮ ਕਰੇ ਤੋ ਕੈਰੈਕਟਰ ਢੀਲਾ ਜੇ ਕੋਈ ਹੋਰ ਬੋਲੇ ਤੇ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ ਉਹ ਭਾਈ ਪੰਜਾਬੀ ਕੌਮ ਹੈ ਸ਼ੇਰਾਂ ਦੀ ਕੌਮ ਹੈ ਤਿਆਗ ਬਲੀਦਾਨ ਦੀ ਕੌਮ ਹੈ ਤਾਂ ਹੀ ਮੈਂ ਕਹਿੰਦਾ ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ ਤੇ ਸਾਡੇ GST ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ ਠੀਕ ਹੈ ਸਾਡੇ ਕਰਜ਼ੇ ਮਾਫ਼ ਕਰਨ ਸਾਨੂੰ ਕੋਈ ਪੈਕੇਜ ਦੇਣ ਸਮਝ ਨਹੀਂ ਸਾਡੇ ਡੈਮਾਂ ਦੇ ਲਾਅ ਵਾਪਸ ਲੈਣ ਸਾਡੇ ਕਿਸਾਨ ਬਰੂਹਾਂ ਦੇ ਉੱਤੇ ਨਾ ਰੱਖਣ ਸਾਡੇ ਬਾਰਡਰ ਖੋਲ੍ਹਣ ਇਹ ਮੁੱਦੇ ਨੇ ਮਿੱਤਰਾ ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ ਕਿਉਂਕਿ ਜੇ ਉਹ ਨਾ ਕੀਤਾ ਪਾਰਟੀ ਦੀ ਗੱਲ ਛੱਡੋ ਵਿਚਾਰਧਾਰਾ ਕਿੱਥੋਂ ਰਹਿਣੀ ਹੈ ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ ਜੇ ਕਰਦਾ ਮੈਂ ਲੰਮੀ ਉਮਰ ਦੀ ਠਹਿਰ ਜਾਣਾ ਠਹਿਰ ਮੈਂ ਕਿਹਾ ਕੁਛ ਵੀ ਵਿਰੋਧ ਕਰੇ ਜਦੋਂ ਅਹੁਦੇ ਲੈਂਦਾ ਕੋਈ ਵਿਰੋਧ ਕਰਦਾ ਮੈਂ ਕਹਿੰਦਾ ਮੇਰਾ ਸਟੈਂਡ ਬੜਾ ਕਲੀਅਰ ਹੈ ਜੋ ਹਾਈਕਮਾਂਡ ਦਾ ਸਟੈਂਡ ਹੈ ਉਹ ਮੇਰਾ ਸਟੈਂਡ ਹੈ ਤੇ ਮੇਰੀ ਗੱਲ ਸੁਣ ਕੋਈ ਕਿਸੇ ਨਾਲ ਹੋਵੇ ਨਾ ਹੋਵੇ ਲੋਕਤੰਤਰ ਚ ਤਾਕਤ ਕੀ ਹੁੰਦੀ ਹੈ ਕਿਹਦੇ ਨਾਲ ਲੋਕ ਨੇ ਬਸ